ਉਹਨਾਂ ਨੇ ਆਪਣੇ ਫਰਜ਼ ਨੂੰ ਜਿਹੜੇ ਸ਼ਹਾਰ ਦੇਣੇ ਕਤਰਾ ਕਤਰਾ ਖੂਨ ਦਾ ਲਹੂ ਲੈ ਕੇ ਉਹ ਕਹਿ ਨਿਕਲ ਦੇ ਸਮੇਂ ਤੇ ਹਾਰ ਲੈਣੇ ਚੰਨ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ ਸ਼ਹਾਰ ਦੇਣੇ ਗੱਲ ਕਰਨ ਜਾ ਰਿਹਾ 13 ਅਪ੍ਰੈਲ 1919 ਈਸਵੀ ਦੇ ਭਿਆਨਕ ਖੂਨੀ ਸਾਕੇ ਦੀ ਜਦੋਂ ਸਰ ਮਾਈਕਲ ਰੋਇਆ ਨੇ ਸੀ ਕਿ ਜਿਹੜੇ ਹਿੰਦੁਸਤਾਨੀ ਆਜ਼ਾਦੀ ਮੰਗਦੇ ਹਨ ਉਹ ਚੱਲਿਆ ਵਾਲਾ ਬਾਗ ਯਾਦ ਕਰ ਲੈਣ, ਜੇਕਰ ਅਜੇ ਵੀ ਚੁੱਪ ਨਹੀਂ ਕਰਦੇ ਤਾਂ ਮੈਨੂੰ ਫੇਰ ਹਿੰਦੁਸਤਾਨ ਭੇਜਿਆ ਜਾਵੇ। ਦੁਸ਼ਮਣ ਦੇ ਇਹ ਬੋਲ ਸੁਣ ਕੇ ਸੂਰਮੇ ਨੇ ਕਿਹਾ, ਪਾਪੀਆ ਆਪਣੇ ਪਾਪਾਂ ਦੀ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾ। ਇੰਨੀ ਗੱਲ ਕਹਿ ਕੇ ਸੂਰਮੇ ਦਾ ਹੱਥ ਓਵਰਕੋਟ ਦੀ ਜੇਬ 'ਚ ਗਿਆ, ਹੱਥ ਬਾਹਰ ਆਇਆ, ਹੱਥ ਉੱਪਰ ਉੱਠਿਆ, ਉਂਗਲੀ ਦੀ ਪਿਸਤੌਲ ਦੇ ਰੂਪ 'ਚ ਆਪਣਾ ਅੱਗ ਨਿਕਲੀ। ਇੰਗਲੈਂਡ ਦੇ ਟਿਊਡਰ ਰੂਮ ਵਿੱਚ ਕਲੋਦਾ ਭਾਰਤ ਦਾ ਮਹਾਸਪੂਤ ਪੰਜਾਬ ਦਾ ਰਕੀਲਾ ਗੱਭਰੂ ਆਪਣੇ ਦੇਸ਼ ਦੇ ਵੈਰੀ ਤੋਂ ਖੂਨ ਦਾ ਬਦਲਾ ਖੂਨ ਲੈਣ ਵਾਸਤੇ ਉਸ ਪੁੱਛਣ ਕਮੀਨੇ ਹਥਿਆਰੇ ਦਿਨ ਦੇ ਜਨੀਰ ਦੀ ਸ਼ਾਦੀ ਵਿੱਚ ਕਾਰ ਕਰ ਕਾਰ ਕਰਕੇ ਤੇ ਨਿਕਲ ਗਿਆ। ਇਹੋ ਮਾਰੇ ਜਨਰਲ ਅਡਵਾਇਰ ਨੇ ਹਿੰਦੁਸਤਾਨੀਆਂ ਖਿਲਾਫ ਭੈੜੇ ਸ਼ੱਕ ਖੋਲੇ।